ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਨਾਦਰੀਨ, ਕੀ ਹਾਲ ਜਨਾਬ? ਠੀਕ ਹੋ? ਉਮੀਦ ਕਰਦੇ ਵੀ ਸਾਰੇ ਖੈਰ ਖਰੀਦ ਨਾਲ ਹੋਣਗੇ। ਅੱਲਾਹ ਤਾਲਾ ਹਰ ਇਨਸਾਨ ਨੂੰ ਸਿਹਤ ਤੋਂ ਤੰਦਰੁਸਤੀ ਅਤਾ ਫਰਮਾਏ ਜੀ, ਔਰ ਆਪਣੀ ਹਿਫਜ਼ੋ ਇਮਾਨ ਦੇ ਵਿੱਚ ਰੱਖੇ। ਮੈਂ ਤੁਹਾਡਾ ਵੀਰ ਸੈਦ ਸ਼ਾਨਵਾਲ, ਤੁਸੀਂ ਵੇਖਦੇ ਪਏ ਹੋ ਮੇਰਾ ਯੂਟਿਊਬ ਦਾ ਚੈਨਲ SS ਟਰਾਂਸਪੋਰਟ ਕੰਪਨੀ। ਅੱਜ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਇਆ ਜਨਾਬ। ਇੱਕ ਗੱਡੀ ਆਈ ਹੈ ਮੇਰੇ ਕੋਲ, ਫੋਰਡ ਗੱਡੀ ਹੈ ਜਨਾਬ। ਉਹਦਾ ਰਿਵਿਊ ਕਰ ਰਿਹਾ ਜਨਾਬ, ਤੁਹਾਨੂੰ ਵਿਖਾ ਰਹੇ ਹਾਂ ਕਿ ਗੱਡੀ ਭਾਈ ਹੋਰਾਂ ਨੇ ਲਈ ਆ ਅਤੇ ਕਿੰਨੇ 'ਚ ਲਈ ਆ ਅਤੇ ਕਿੰਨੇ ਪੈਸੇ ਲੱਗ ਚੁੱਕੇ ਨੇ ਇਹਦੇ 'ਤੇ ਅਤੇ ਕਿੰਨੇ 'ਚ ਤਿਆਰ ਹੋਈ ਹੈ। ਫੋਰਡ ਗੱਡੀ ਜਨਾਬ, ਅਤੇ ਕਿਹੜਾ ਮਾਡਲ ਹੈਗਾ ਜਨਮ ਨੇ ਵੈਸੇ? 78 ਮਾਡਲ ਹੈ ਜੀ। 78, ਹਾਂਜੀ, 2014 'ਚ ਕਨਵਰਟ ਹੈ ਦੁਬਾਰਾ। 78 ਮਾਡਲ ਜੀ ਫੋਰਡ, ਅਤੇ 14 ਦੇ ਵਿੱਚ ਨੰਬਰ ਲਾਇਆ ਇਹਨਾਂ ਨੇ ਆਪਣਾ ਗੁਜਰਾਂਵਾਲੇ ਦਾ, 2014 ਦਾ ਨੰਬਰ ਲੱਗਾ ਜੇ। ਲੇਕਿਨ ਵੈਸੇ 78 ਮਾਡਲ ਜੇ ਫੋਰਡ ਗੱਡੀ ਜੇ। ਪੁਰਾਣੀਆਂ ਗੱਡੀਆਂ ਫੋਰਡ ਆਈਆਂ ਸੀ, ਸਵਾਰੀਆਂ ਵਾਲੀਆਂ, ਪਹਿਲੇ ਡਬਲ ਡੋਰ ਹੁੰਦੇ ਸੀ ਆਪਣਾ ਦਰਵਾਜ਼ੇ ਇਹਨਾਂ ਦੇ, ਤਾਂ ਮੁੜ ਕੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਆਪਣਾ ਸਮਝ ਲਓ ਵੀ ਜ਼ਮਾਨਾ ਖਤਮ ਹੋ ਗਿਆ ਕਿਸਮ ਦਾ ਸਵਾਰੀਆਂ ਵਾਲਾ ਜਿਹੜਾ। ਲੇਕਿਨ ਇਹ ਹੈ ਕਿ ਉਹ ਗੱਡੀਆਂ ਜਿਹੜੀਆਂ ਨੇ ਹੁਣ ਲੋਕਾਂ ਨੇ ਲੋਡਰ ਬਣਾਈਆਂ ਹੋਈਆਂ ਨੇ। ਲੇਕਿਨ ਇਹ ਹੈ ਕਿ ਰੋਜ਼ੀ ਕਰਨ ਵਾਸਤੇ ਬਹੁਤ ਅੱਛੀ ਗੱਡੀ ਆ, ਔਰ ਬਹੁਤ ਹੀ ਮਜ਼ਬੂਤ ਗੱਡੀ ਜਿਹਨੂੰ ਕਿਹਾ ਜਾਂਦਾ, ਔਰ ਜ਼ਬਰਦਸਤ ਗੱਡੀ ਆ। ਇਨਸ਼ਾਅੱਲਾ ਤਾਲਾ ਤਕਰੀਬਨ ਅਨਕੰਪਲੀਟ ਹੀ ਆ, ਜੇ ਕੰਪਲੀਟ ਕਰ ਰਹੇ ਹਾਂ ਅਤੇ ਹੈ ਅਨਕੰਪਲੀਟ ਹੀ ਹੈ, ਅਤੇ ਇਨਸ਼ਾਅੱਲਾ ਤਾਲਾ ਆਪਣਾ ਨਾ ਤੁਹਾਨੂੰ ਗੱਡੀ ਦਾ ਰਿਵਿਊ ਕਰਵਾਉਂਦੇ ਹਾਂ, ਅਤੇ ਫਿਰ ਜਦੋਂ ਮੁਕੰਮਲ ਤਿਆਰ ਹੋ ਕੇ ਜਦੋਂ ਗੱਡੀ ਆ ਗਈ ਫਿਰ ਤੁਹਾਨੂੰ ਦੁਬਾਰਾ ਫਿਰ ਰਿਵਿਊ ਕਰਾਵਾਂਗੇ ਇਸੇ ਗੱਡੀ ਦਾ। ਵੈਸੇ ਮੈਂ ਵੀਡੀਓ ਦੇ ਐਂਡ ਦੇ ਉੱਤੇ ਆਪਣਾ ਜਿਹੜਾ ਮਾਲਕ ਆ ਗੱਡੀ ਦਾ ਨੰਬਰ ਮੈਨਸ਼ਨ ਕਰ ਦੇਵਾਂਗਾ। ਅਗਰ ਕਿਸੇ ਭਰਾ ਨੂੰ, ਕਿਸੇ ਮੇਰੇ ਦੋਸਤ ਨੂੰ ਕਿਸੇ ਚੀਜ਼ ਦੀ ਨਾ ਸਮਝ ਆਈ ਹੋਵੇ ਜਾਂ ਕੋਈ ਸ਼ਾਇਦ ਪੁੱਛਣੀ ਹੋਵੇ ਗੱਡੀ ਦੇ ਬਾਰੇ ਦੇ ਵਿੱਚ, ਅਤੇ ਉਹ ਜਿਹੜਾ ਨੰਬਰ ਚੱਲ ਰਿਹਾ ਉਹਨਾਂ ਸਕਰੀਨ 'ਤੇ ਐਂਡ ਦੇ ਉੱਤੇ, ਉਸ ਨੰਬਰ 'ਤੇ ਰਾਬਤਾ ਕਰਕੇ ਅਤੇ ਪੁੱਛ ਸਕਦਾ ਜੇ। ਆਓ ਚਲੀਏ ਵੀਡੀਓ ਦੇਖਦੇ। ਇਹ ਦੇਖੋ ਜਨਾਬ, ਇਹ ਗੱਡੀ ਜੇ 2014 ਦਾ ਨੰਬਰ ਲਾਇਆ ਜੇ। ਬੰਪਰ ਦੇਖੋ, ਲਾਈਟਿੰਗ ਸ਼ਾਈਟਿੰਗ ਜਿਹੜੀ ਕੀਤੀ ਇਹਨਾਂ ਨੇ ਆਰਟੀਸ਼ਨ ਕਰਕੇ ਗੱਡੀ, ਇਹ ਵੀ ਲਾਈਟਾਂ ਜਿਹੜੀਆਂ ਦੁਬਾਰਾ ਫਿਰ ਲਵਾਈਆਂ ਨੇ। ਇਹ ਇਸ਼ਾਰੇ ਨੇ ਇਹਦੇ, ਇਹ ਬੰਪਰ ਜਾਲੀ ਜਿਹੜੀ ਬਿਲਕੁਲ ਜੈਨੂਇਨ ਜਾਲੀ ਹੈ। ਇਹ ਦੇਖੋ ਲਾਈਟ, ਹੈੱਡਲਾਈਟ ਜੈਨੂਇਨ, ਇਸ਼ਾਰੇ ਜੈਨੂਇਨ, ਬਿਹਤਰੀਨ ਗੱਡੀ ਹੈ। ਵੀਲ ਕਵਰ ਲੱਗੇ ਹੋਏ ਨੇ ਆ ਸਾਈਡ, ਐੜੇ ਸ਼ੀਸ਼ੇ ਲਵਾਏ ਨੇ। ਇਹ ਵੀ ਆਪਣਾ ਵੈਸੇ ਲਵਾਏ ਆਰਟੀਸ਼ਲ ਜੀ, ਇਹ ਜੈਨੂਇਨ ਹੀ ਇਸ ਮਾਡਲ ਦੇ ਜੀ। ਬੰਦ ਕਰਕੇ ਫੋਨਾਂ ਤਰ੍ਹਾਂ ਦੇਖਿਓ ਤੇਰਾ ਆਵਾਜ਼ ਕੈਸੀ ਇਹਦੀ, ਜਿਸ ਤਰ੍ਹਾਂ ਕਾਰ ਦੀ ਹੁੰਦੀ। ਇਹ ਦੇਖੋ ਜਿਸ ਤਰ੍ਹਾਂ ਕਾਰ ਦਾ ਸ਼ੀਸ਼ਾ, ਗੇਟ ਬੰਦ ਹੋ ਰਿਹਾ। ਇਹ ਸੀਟਾਂ ਨੇ ਇਹਦੀਆਂ, ਪਰਲੀ ਸੀਟ ਕਹਿੰਦਾ ਲਈ ਪਈ ਆ, ਉਹ ਇਨਸ਼ਾਅੱਲਾ ਤਾਲਾ ਥੋੜ੍ਹੇ ਦਿਨਾਂ ਤੱਕ ਨਾ ਲੱਗ ਜਾਏਗੀ। ਆਹ ਡੈਸ਼ਬੋਰਡ ਜਿਹੜਾ ਵਾ ਇਹ ਵੀ ਨਵੇਂ ਮਾਡਲ 2020 ਦਾ ਫੋਰਡ ਦਾ ਇੰਪੋਰਟ ਕਰਵਾਇਆ। ਦਰਵਾਜ਼ੇ, ਗੇਟ ਅਤੇ ਇਹ ਡੈਸ਼ਬੋਰਡ ਇਹ ਇਹਨਾਂ ਨੇ ਬਾਹਰੋਂ ਇੰਪੋਰਟ ਕਰਵਾਇਆ ਦੁਬਾਰਾ। 2020 ਮਾਡਲ ਜਿਹੜੀ ਹੈ ਇਹ ਉਹਦਾ ਡੈਸ਼ਬੋਰਡ ਅਤੇ ਗੇਟ ਹੈਗੇ ਨੇ।
6 ਨਟੇ ਹਿੱਸੇ ਨੇ ਡੈਂਪਰੀ ਵਾਲੇ ਛੋਟੇ ਮਜ਼ਦੇ ਦੇ। ਛੋਟਾ ਮਜ਼ਦਾ ਜਿਹੜਾ ਟਾਈਟਨ ਮਜ਼ਦਾ ਨਾ ਛੋਟਾ ਜਿਹੜਾ 12 ਫੁੱਟ ਆਉਂਦਾ ਹੁੰਦਾ ਇਹ ਉਹਦੇ ਹਿੱਸੇ ਪਾਏ ਨੇ ਅਗਲੇ ਵੀ ਅਤੇ ਪਿਛਲੇ ਵੀ। ਇਹ ਡਾਲਾ ਜਨਾਬ ਆਇਲ ਟੈਂਕ ਇਹ ਹਿੱਸਾ ਮਜ਼ਦੇ ਦਾ ਛੋਟੇ ਦਾ ਪਾਇਆ ਹੋਇਆ। ਨਿਊ ਟਾਇਰ 0 ਮੀਟਰ ਪਹਿਲਾਂ ਚੱਕਰ ਆਏ ਨੇ। ਇਹ ਦੇਖੋ ਇਹਦੀ ਚੜ੍ਹਾਈ ਕਿੰਨੀ ਹੈ? 6 ਫੁੱਟ ਆ, 6 ਫੁੱਟ ਚੜ੍ਹਾਈ ਇਹਦੀ ਅਤੇ 12.5 ਫੁੱਟ ਲੰਬਾਈ। 12.5 ਫੁੱਟ ਲੰਬਾਈ ਆ, 6 ਫੁੱਟ ਚੜ੍ਹਾਈ ਹੈ। ਤਕਰੀਬਨ ਜਿਹੜਾ ਮਜ਼ਦਾ ਹੁੰਦਾ ਜੇ ਉਹਦਾ 6.5 ਫੁੱਟ ਚੜ੍ਹਾਈ ਹੁੰਦੀ ਹੈ, ਇਹਦੀ 6 ਫੁੱਟ, ਸਿਰਫ 1/2 ਫੁੱਟ ਘੱਟ ਜੇ ਮਜ਼ਦੇ ਨਾਲੋਂ। 12.5 ਫੁੱਟ ਦੀ ਲੰਬਾਈ ਰੱਖੀ ਇਹਨਾਂ ਨੇ ਅਤੇ ਸਾਰਾ ਜਿਹੜਾ ਕਲਰ ਕਰਵਾਇਆ ਵੀ ਕਾਰ ਵਾਲਾ ਕਰਾਇਆ, ਕਰਾ ਕੀ ਕਹਿੰਦੇ ਉਹਨੂੰ, ਮਟੈਲਕ ਗਨ ਮਟੈਲਕ ਜਿਹੜਾ ਦਾਣੇਦਾਰ ਦਾਣੇਦਾਰ ਇਹ ਉਹ ਆਪਣਾ ਕਲਰ ਕਰਵਾਇਆ ਜੀ ਇਹਨੂੰ। ਆ ਜਾਓ ਤੁਹਾਨੂੰ ਮੈਂ ਗੇਟ ਵਿਖਾਉਂਦਾ ਜਰਾ ਦੂਸਰਾ ਡਰਾਈਵਰ ਸਾਈਡ ਤੋਂ ਵੀ। ਇਹ ਡਰਾਈਵਰ ਸਾਈਡ ਜੀ, ਆ ਹੁਣ ਥੋੜ੍ਹਾ ਜਿਹਾ ਡਰਾਈਵਰ ਨਾਲ ਗੱਲਬਾਤ ਕਰਦੇ ਹਾਂ ਆਪਾਂ। ਆ ਯਾਰ ਦਰਾ ਜੀ, ਜਨਾਬ ਇਹ ਗੱਡੀ ਦਾ ਜਿਹੜਾ ਨਾ ਰਿਵਿਊ ਤੁਹਾਨੂੰ ਕਰਵਾਇਆ ਜਨਾਬ। ਇਹ ਗੱਡੀ ਹੈ ਫੋਰਡ ਅਤੇ ਇਹ ਡਰਾਈਵਰ ਨਾਲ ਗੱਲਬਾਤ ਕਰਦੇ ਮਾਲਕ ਨਾਲ ਅਤੇ ਖੁਦ ਮਾਲਕ ਹੀ ਹੈ ਗੱਡੀ ਦਾ, ਇਹਨੇ ਗੱਡੀ ਤਿਆਰ ਕਰਵਾਈ ਹੋਈ ਆ। ਹਾਂਜੀ ਸਰ, ਦੱਸਣਾ ਜਰਾ ਜੀ। ਬਿਸਮਿਲ੍ਲਾ ਰਹਿਮਾਨ ਰਹਿਮ, ਅਸਲਾਮ ਅਲੈਕੁਮ ਜਨਾਬ, ਸਾਰੇ ਭਾਈ ਠੀਕ ਠਾਕ ਹੋ ਜੀ, ਖੈਰੋਫੀਅਤ ਹੋ ਜੀ। ਸਰ ਇਹ ਗੱਡੀ ਸਰ ਮੇਰੇ ਕੋਲ ਤਕਰੀਬਨ 17-18 ਸਾਲ ਤੋਂ ਮੇਰੇ ਕੋਲ ਹੈ, ਵਾਲਦ ਸਾਹਿਬ ਦੇ ਤੌਰ 'ਤੇ। ਵਾਲਦ ਸਾਹਿਬ ਤਾਂ ਅੱਲਾ ਨੂੰ ਪਿਆਰੇ ਹੋ ਗਏ ਨੇ ਜੀ, ਅੱਲਾ ਪਾਕ ਜੰਨਤ ਉਹਨਾਂ ਜਗ੍ਹਾ 'ਤੇ। ਅਤੇ ਇਹ ਸਰ ਗੱਡੀ ਹੁਣ ਮੈਂ ਤਿਆਰ ਕਰਵਾਈ ਹੈ ਸ਼ੌਕ ਨਾਲ ਜੀ, ਅਲਹਮਦੁਲਿਲਾ ਕੋਈ 12 ਲੱਖ ਰੁਪਇਆ ਤਕਰੀਬਨ ਮੇਰਾ ਖਰਚਾ ਆ ਗਿਆ। ਕਿ ਇਹ ਸਰ ਮੈਂ 6 ਲੱਖ ਰੁਪਏ ਦੀ ਲਈ ਸੀ ਸਰ ਖੁਦ, ਅਤੇ ਤਕਰੀਬਨ ਸਰ ਜੀ 12 ਲੱਖ ਰੁਪਇਆ ਖਰਚਾ ਆ ਗਿਆ। ਇੰਜਨ ਜਿਹੜਾ ਹੈ ਨਵੇਂ ਮਾਡਲ ਦਾ ਫੋਰਡ ਦਾ ਪਰਕਨ ਦਾ ਜੀ, ਇੰਜਨ ਗੇਅਰ ਮੁਕੰਮਲ ਇਹਦਾ ਲੈ ਕੇ ਕਾਬਲੀ ਲੈ ਕੇ ਰੱਖਿਆ ਜੀ। ਦਰਵਾਜ਼ੇ ਜਿਹੜੇ ਸਰ ਇੰਪੋਰਟ ਕਰਵਾਏ ਨੇ ਇਹਦੇ, ਡੈਸ਼ਬੋਰਡ ਦਰਵਾਜ਼ੇ ਸਟੇਅਰਿੰਗ ਅਸੈਂਬਲੀ ਪਾਵਰ ਸਟੇਅਰਿੰਗ ਕਰਵਾਈ ਹੈ, ਹਿੱਸੇ ਚੇਂਜ ਕਰਵਾਏ ਨੇ, ਟਾਇਰ ਇਹਦੇ ਸਾਰੇ ਸਰ ਨੇ ਬਿਲਕੁਲ ਡਲਵਾ ਕੇ ਲੈ, ਪਹਿਲਾਂ ਹੀ ਚੱਕਰ ਹੈ ਮੇਰਾ ਠੀਕ ਹੈ ਜੀ। ਗਨ ਮਟੈਲਕ ਰੰਗ ਕਰਵਾਇਆ, ਤਕਰੀਬਨ 1 ਲੱਖ ਰੁਪਏ ਰੰਗ ਦੇ ਉੱਪਰ ਹੀ ਖਰਚਾ ਸਰ ਮੇਰਾ ਜਿਹੜਾ ਸਾਰਾ ਹੈ। ਇਹ ਸਰ ਸਾਰੇ ਮਾਮਲਾ ਅਤੇ ਜਿਹੜੇ ਆਪਣਾ ਨਾ ਅੱਲਾ ਤੁਹਾਡੇ ਵੱਲੋਂ ਇਹ ਹਡਰਾਲਕ ਵੀ ਜਿਹੜੀ ਕੀਤੀ ਦੱਸੋ ਨਾ ਗੱਡੀ ਜੀ। ਸਰ ਹਡਰਾਲਕ ਕੀਤੀ ਹੈ ਜੀ, ਪਾਵਰ ਕੀਤੀ ਹੈ ਕਿ ਤਾਂ ਕਿ ਡਰਾਈਵਰ ਜਿਹੜਾ ਉਹ ਸਫ਼ਰ ਦੇ ਵਿੱਚ ਉਹਨੂੰ ਆਸਾਨੀ ਰਹੇ। ਮਜ਼ੀਦ ਸਰ ਇਹਦੀ ਮੈਂ ਸੀਟ ਵਗੈਰਾ ਪਰਾਡੋ ਦੀ ਲਈ ਹੋਈ ਆ ਡਰਾਈਵਰ ਸਾਈਡ ਦੀ, ਉਹ ਸਰ ਲੈ ਕੇ ਪਰਚੇਜ਼ ਕਰਕੇ ਰੱਖੀ ਹੈ, ਲੇਕਿਨ ਉਹ ਥੋੜ੍ਹਾ ਜਿਹਾ ਮਾਮਲਾ ਦੀ ਵਜ੍ਹਾ ਨਾਲ ਮੈਂ ਹਲੇ ਫਿੱਟ ਨਹੀਂ ਕਰਵਾ ਸਕਿਆ। ਅਤੇ ਬਾਕੀ ਇਹਦੀ ਪੋਸ਼ਿਸ਼ ਜਿਹੜੀ LCD 40,000 ਰੁਪਏ ਦਾ ਸਾਊਂਡ ਸਿਸਟਮ ਲਿਆ ਹੋਇਆ ਜੀ, ਜਿਹੜਾ ਇਹਦੇ ਵਿੱਚ ਲੱਗਣਾ ਜੀ। ਬੈਕ ਕੈਮਰਾ LCD ਅਤੇ ਹਾਰ ਰੋਡ ਤੋਂ ਸਰ 14,000 ਰੁਪਏ ਦਾ ਕੈਮਰਾ ਹੀ ਆਇਆ, ਜਿਹੜਾ ਦੀ ਰਿਵਰਸ ਵਿਊ ਅੱਛੇ ਤਰੀਕੇ ਔਰ ਬਗੈਰ ਸੈਂਸਰ ਵਿਦ ਸੈਂਸਰ ਹੈ, ਕਿ ਮਤਲਬ ਗੱਡੀ ਅਗਰ ਪਿੱਛੇ ਜਾ ਰਹੀ ਹੈ 1 ਫੁੱਟ ਦੇ ਫਾਸਲੇ ਤੋਂ ਉਹ ਸੈਂਸਰ ਦੇਗਾ ਸਾਨੂੰ ਕਿ ਪਿੱਛੇ ਬਲਿੰਕ ਕਰੇਗਾ, ਉਹਦੀ ਵਿਸਲ ਜਿਹੜੀ ਹੈ ਦੱਸੇਗੀ ਕਿ ਪਿੱਛੇ ਕੋਈ ਚੀਜ਼ ਹੈ ਜੀ। ਸਹੀ ਜੀ ਸਰ। ਲਓ ਜੀ, ਬੈਕ ਕੈਮਰਾ ਜਿਹੜਾ ਵਾ ਉਹਨਾਂ ਨੇ ਵੀ ਇਹਨਾਂ ਨੇ ਲੈ ਕੇ ਰੱਖਿਆ ਹੋਇਆ, ਇਨਸ਼ਾਅੱਲਾ ਹਮ ਵਿੱਚ ਇੰਸਟਾਲ ਕਰਨਗੇ ਇਹਦੇ ਵਿੱਚ। ਅਤੇ ਉਸ ਤੋਂ ਬਾਅਦ ਪਰਾਡੋ ਦੀ ਸੀਟ, ਡਰਾਈਵਰ ਸੀਟ ਜਿਹੜੀ ਪਰਾਡੋ ਦੀ ਲੈ ਕੇ ਰੱਖੀ ਹੋਈ ਇਹਨਾਂ ਨੇ, LCD ਵਗੈਰਾ, ਡੈੱਕ, ਹਰ ਸ਼ੀ ਲੈ ਕੇ ਰੱਖੀ ਆ। ਇਹ ਗੱਡੀ ਸ਼ੌਕ ਨਾਲ ਭਾਈ ਤਿਆਰ ਕਰਦੇ ਪਏ ਨੇ। ਇਹ ਤਕਰੀਬਨ ਮੇਰਾ ਖਿਆਲ 20 ਲੱਖ ਜਾ ਪੈਣੀ ਗੱਡੀ ਐਵੇਂ ਜੀ, ਤਕਰੀਬਨ 18-20 ਲੱਖ ਦੇ ਵਿੱਚ ਜਾ ਕੇ ਪੈ ਜਾਣੀ ਗੱਡੀ ਇਹਨਾਂ ਨੂੰ। ਲੇਕਿਨ ਇਹ ਗੱਡੀ ਫਾਰ ਸੇਲ ਨਹੀਂ ਹੈਗੀ, ਸੇਲ ਨਹੀਂ ਕਰਦੇ, ਲੇਕਿਨ ਇਹਨਾਂ ਸ਼ੌਕ ਨਾਲ ਇਹ ਗੱਡੀ ਲਈ ਹੈ, ਸ਼ੌਕ ਨਾਲ ਤਿਆਰ ਕਰਦੇ ਆ। ਅਤੇ ਮੈਨੂੰ ਜ਼ਰਾ ਅੱਛੀ ਲੱਗੀ ਅਤੇ ਮੈਂ ਕਿਹਾ ਜ਼ਰਾ ਨਾ ਰਿਵਿਊ ਕਰ ਲਈਏ ਗੱਡੀ ਦਾ, ਨਾਲੇ ਚਲੋ ਡਰਾਈਵਰ ਦਾ ਮਾਲਕ ਦਾ ਇੰਟਰਵਿਊ ਵੀ ਕਰ ਲੈਂਦੇ ਹਾਂ। ਇਹ ਅੱਜ ਦੀ ਵੀਡੀਓ ਸੀ ਜਨਾਬ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ। ਅਗਰ ਵੀਡੀਓ ਪਸੰਦ ਆਈ ਤਾਂ ਲਾਈਕ, ਸ਼ੇਅਰ, ਸਬਸਕ੍ਰਾਈਬ ਮੇਰੇ ਚੈਨਲ ਨੂੰ ਲਾਜ਼ਮੀ ਕਰਾ ਜੇ। ਨੈਕਸਟ ਵੀਡੀਓ ਨਾਲ ਫਿਰ ਮੈਂ ਹਾਜ਼ਰ ਹੋਵਾਂਗਾ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜਨਾਬ, ਅੱਲਾ ਹਾਫਿਜ਼।